जोड़ो छोड़ो भारत छोड़ो। ए कहिंदे होए अपनी जिंदगी दे आखिरी साह लै गए सी जलंधर दे पूर्व सांसद संतोख सिंह चौधरी। ਉਹ ਤਾਂ ਭਾਰਤ ਜੋੜਨ ਦੀ ਗੱਲ ਕਰ ਰਹੇ ਸੀ ਪਰ ਅਫਸੋਸ ਇਹ ਸਿਆਸਤ ਇੰਨੀ ਮਾੜੀ ਚੀਜ਼ ਹੈ ਕਿ ਭਾਰਤ ਜੋੜਨ ਨਿਕਲਿਆ ਨੇਤਾ ਆਪਣੀ ਜ਼ਿੰਦਗੀ ਗਵਾ ਗਿਆ ਅਤੇ ਦੂਸਰੇ ਸਿਆਸਤਦਾਨਾਂ ਨੇ ਉਹਨਾਂ ਦਾ ਪਰਿਵਾਰ ਹੀ ਤੋੜ ਦਿੱਤਾ। ਸਿਆਸੀ ਤੌਰ 'ਤੇ ਟੁੱਟੇ ਚੌਧਰੀ ਪਰਿਵਾਰ ਨੂੰ ਤੋੜਨ ਖਾਸ ਤੌਰ 'ਤੇ ਪਹੁੰਚੇ ਸਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ। ਹੋ ਸਕਦਾ ਸਿਆਸੀ ਰੂਪ 'ਚ ਉਹਨਾਂ ਨੇ ਮਾਸਟਰ ਸਟ੍ਰੋਕ ਮਾਰ ਦਿੱਤਾ ਹੋਵੇ ਪਰ ਇਮੋਸ਼ਨਲ ਤੌਰ 'ਤੇ ਜੇਕਰ ਇਸ ਸਿਆਸੀ ਘਟਨਾ ਨੂੰ ਦੇਖੀਏ ਤਾਂ ਘੱਟੋ ਘੱਟ ਅਜਿਹਾ ਤਾਂ ਨਹੀਂ ਸੀ ਬਣਦਾ। ਸਿਆਸਤ ਤਾਂ ਠੀਕ ਹੈ ਪਰ ਸਿਆਸਤ ਦੇ ਵਿੱਚ ਪਰਿਵਾਰਾਂ 'ਚ ਅਜਿਹੀ ਤੋੜ ਫੋੜ ਨਹੀਂ ਹੋਣੀ ਚਾਹੀਦੀ। ਭਾਵੇਂ ਇਹ ਤੋੜ ਫੋੜ ਸਿਆਸੀ ਹੈ ਪਰ ਕਿਤੇ ਨਾ ਕਿਤੇ ਇਸ ਦਾ ਮੈਸੇਜ ਕੁਛ ਹੋਰ ਹੀ ਜਾਂਦਾ ਕਿਉਂਕਿ ਇਸ ਘਟਨਾਕ੍ਰਮ ਤੋਂ ਚੰਦ ਦਿਨ ਪਹਿਲਾਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਜਲੰਧਰ ਪਹੁੰਚੇ ਸਨ ਅਤੇ ਉਹਨਾਂ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਆਪ ਜੁਆਇਨ ਕਰਵਾਈ ਸੀ ਅਤੇ ਇਸ ਦੌਰਾਨ ਆਪਣੇ ਭਾਸ਼ਣ ਦੀ ਸ਼ੁਰੂਆਤ 'ਚ ਦੋਵਾਂ ਨੇ ਕੀ ਕਿਹਾ ਸੀ ਪਹਿਲੇ ਤੁਹਾਨੂੰ ਇਹ ਦਿਖਾਉਂਦੇ ਹਾਂ ਕਿ ਸਿਆਸੀ ਤੌਰ 'ਤੇ ਕਿਵੇਂ ਮਾਇਨੇ ਗੱਲ ਦੇ ਬਦਲ ਦਿੱਤੇ ਜਾਂਦੇ ਨੇ। ਸਭ ਤੋਂ ਪਹਿਲਾਂ ਤਾਂ ਮੈਂ ਮੇਰੇ ਨਾਲ ਕਿਉਂਕਿ 2014 ਤੋਂ 2019 ਤੱਕ ਫਿਰ 2021 ਤੱਕ ਮੇਰੇ ਨਾਲ ਚੌਧਰੀ ਸਭ ਮੇਰੇ ਕੁਲੀਗ ਰਹੇ ਕਾਂਗਰਸ ਵੱਲੋਂ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਪਰਮਾਤਮਾ ਇੱਕ ਐਸੇ ਹਾਲਾਤਾਂ ਦੇ ਵਿੱਚ ਬਾਈ ਇਲੈਕਸ਼ਨ ਹੋ ਰਹੀ ਹੈ ਪਰ ਕਿਉਂਕਿ ਦੇਸ਼ ਦਾ ਸੰਵਿਧਾਨ ਹੈ ਕਾਨੂੰਨ ਹੈ ਕਿ ਹਰ ਖਿੱਤੇ ਦੇ ਲੋਕਾਂ ਨੂੰ ਰੀਪ੍ਰਜੈਂਟੇਸ਼ਨ ਲੋਕ ਸਭਾ 'ਚ ਮਿਲਣੀ ਚਾਹੀਦੀ ਹੈ। ਸੋ ਬਾਈ ਇਲੈਕਸ਼ਨ ਹੋ ਰਹੀ ਹੈ, ਆਮ ਆਦਮੀ ਪਾਰਟੀ ਇੱਕ ਪੋਲੀਟੀਕਲ ਪਾਰਟੀ, ਅਸੀਂ ਜ਼ੋਰ ਸ਼ੋਰ ਨਾਲ ਲੜਾਂਗੇ। ਤੁਸੀਂ ਸੁਣਿਆ ਸੀਐਮ ਸਾਹਿਬ ਕਿੰਨੇ ਇਮੋਸ਼ਨਲ ਲਹਿਜੇ ਦੇ ਵਿੱਚ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਣ ਦੀ ਗੱਲ ਕਰ ਗਏ ਪਰ ਕੀ ਉਹਨਾਂ ਦੀ ਆਤਮਾ ਨੂੰ ਅੱਜ ਸ਼ਾਂਤੀ ਮਿਲਦੀ ਹੋਏਗੀ? ਕਿਉਂਕਿ ਜਿਹੜੇ ਸੀਐਮ ਭਗਵੰਤ ਮਾਨ ਉਹਨਾਂ ਦੀ ਆਤਮਿਕ ਸ਼ਾਂਤੀ ਦੀ ਗੱਲ ਕਰ ਰਹੇ ਸੀ ਉਹੀ ਸੀਐਮ ਸਾਹਿਬ ਉਹਨਾਂ ਦੇ ਸਗੇ ਭਰਾ ਦੇ ਪੁੱਤਰ ਯਾਨੀ ਕਿ ਭਤੀਜੇ ਪੂਰਵ ਵਿਧਾਇਕ ਸੁਰਿੰਦਰ ਚੌਧਰੀ ਨੂੰ ਆਪ ਜੁਆਇਨ ਕਰਵਾਉਣ ਪਹੁੰਚੇ। ਚਲੋ ਆਓ ਤੁਹਾਨੂੰ ਦਿਖਾਉਂਦੇ ਹਾਂ ਕਿ ਇਸੇ ਮੌਕੇ ਦੇ ਉੱਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਕਿੰਨੇ ਇਮੋਸ਼ਨਲ ਲਹਿਜੇ ਦੇ ਵਿੱਚ ਇਹ ਕਿਹਾ ਸੀ ਕਿ ਚੌਧਰੀ ਸਾਹਿਬ ਦੀ ਆਤਮਾ ਨੂੰ ਸ਼ਾਂਤੀ ਮਿਲੇ। ਹੋਈ ਹੈ ਅਗਲੇ ਮਹੀਨੇ ਜਲੰਧਰ ਕੇ ਚੁਣਾਵ ਹੈ। ਮੈਂ ਪਰਮਾਤਮਾ ਸੇ ਬੇਨਤੀ ਕਰਤਾ ਹੂੰ ਕਿ ਚੌਧਰੀ ਸਾਹਿਬ ਕੋ ਆਪਣੇ ਸ਼੍ਰੀ ਚਰਨੋਂ ਮੇਂ ਸਥਾਨ ਦੇ, ਉਨਕੀ ਆਤਮਾ ਕੋ ਸ਼ਾਂਤੀ ਮਿਲੇ। ਸੋ ਤੁਸੀਂ ਸੁਣਿਆ ਇਹਨਾਂ ਦੋਨਾਂ ਮੁੱਖ ਮੰਤਰੀਆਂ ਨੇ ਜਿੰਨੇ ਭਾਵੁਕ ਤਰੀਕੇ ਦੇ ਨਾਲ ਚੌਧਰੀ ਸੰਤੋਖ ਸਿੰਘ ਦੀ ਆਤਮਿਕ ਸ਼ਾਂਤਾ ਦੀ ਦੁਆ ਕੀਤੀ ਸੀ ਉਹਨੇ ਹੀ ਜ਼ੋਰ ਸ਼ੋਰ ਦੇ ਨਾਲ ਉਹਨਾਂ ਦੇ ਸਗੇ ਭਤੀਜੇ ਯਾਨੀ ਕਿ ਚੌਧਰੀ ਸੁਰਿੰਦਰ ਸਿੰਘ ਦੀ ਜੁਆਇਨਿੰਗ ਕਾਂਗਰਸ ਛੁਡਵਾ ਕੇ ਆਮ ਆਦਮੀ ਪਾਰਟੀ 'ਚ ਕਰਵਾਈ ਗਏ ਨੇ। ਉਸੇ ਕੜੀ ਦੇ ਵਿੱਚ ਅੱਜ ਸਾਡੇ ਵਿੱਚ ਫੇਰ ਇਸੇ ਹਲਕੇ ਤੋਂ MLA ਰਹੇ ਸਾਡੇ ਬਹੁਤ ਹੀ ਸਤਿਕਾਰਯੋਗ ਸੁਰਿੰਦਰ ਚੌਧਰੀ ਜੀ ਕਾਂਗਰਸ ਪਾਰਟੀ ਛੱਡ ਕੇ ਅੱਜ ਫਿਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਜੁਆਇਨ ਕਰਨ ਜਾ ਰਹੇ ਨੇ। ਬੋਲੇ ਸੋ ਨਿਹਾਲ। ਬਹੁਤ ਧੰਨਵਾਦ ਚੌਧਰੀ ਸਾਹਿਬ। ਸੋ ਦੇਖਿਆ ਇੱਥੇ ਦਾ ਨਾਮ ਸਿਆਸਤ ਹੈ, ਇੱਥੇ ਦੁਸ਼ਮਣ ਦੁਸ਼ਮਣ ਦੋਸਤ ਹੋ ਗਏ ਅਤੇ ਰਿਸ਼ਤੇਦਾਰ ਇੱਕ ਦੂਸਰੇ ਦੇ ਸਿਆਸੀ ਦੁਸ਼ਮਣ ਬਣ ਗਏ। ਕੋਈ ਵੇਲਾ ਸੀ ਜਦੋਂ ਚੌਧਰੀ ਸੰਤੋਖ ਸਿੰਘ ਅਤੇ ਉਹਨਾਂ ਦੇ ਭਰਾ ਚੌਧਰੀ ਜਗਜੀਤ ਸਿੰਘ ਦੋਵੇਂ ਇੱਕੋ ਸਮੇਂ 'ਚ ਪੰਜਾਬ ਦੀ ਕੈਬਨਿਟ 'ਚ ਮੰਤਰੀ ਹੁੰਦੇ ਸਨ। ਚੌਧਰੀ ਜਗਜੀਤ ਸਿੰਘ ਦਾ ਦੇਹਾਂਤ ਕੁਝ ਸਾਲ ਪਹਿਲਾਂ ਹੋ ਚੁੱਕਿਆ ਹੈ। ਉਸ ਤੋਂ ਬਾਅਦ ਉਹਨਾਂ ਦੇ ਪੁੱਤ ਯਾਨੀ ਕਿ ਚੌਧਰੀ ਸੁਰਿੰਦਰ ਸਿੰਘ ਨੂੰ ਵਿਰਾਸਤ ਦੇ ਵਿੱਚ ਕਰਤਾਰਪੁਰ ਦੀ ਕੁਰਸੀ ਮਿਲੀ ਸੀ ਅਤੇ ਉਹ ਬਤੌਰ ਵਿਧਾਇਕ ਜਿੱਤ ਵੀ ਗਏ ਸਨ। ਚੌਧਰੀ ਸੰਤੋਖ ਸਿੰਘ ਸਾਂਸਦ ਦੀ ਭੂਮਿਕਾ 'ਚ ਆ ਚੁੱਕੇ ਸਨ ਪਰ ਉਹਨਾਂ ਨੇ ਵੀ ਕਦੇ ਸੁਪਨੇ 'ਚ ਨਹੀਂ ਸੋਚਿਆ ਹੋਣਾ ਕਿ ਉਹਨਾਂ ਦੇ ਜਾਣ ਤੋਂ ਬਾਅਦ ਪਰਿਵਾਰ ਸਿਆਸੀ ਰੂਪ 'ਚ ਟੁੱਟ ਜਾਏਗਾ। ਖੈਰ ਇਸ ਸਿਆਸੀ ਘਟਨਾਕ੍ਰਮ ਦੇ ਪਿੱਛੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਦੇ ਤਰਕ ਹੋ ਸਕਦੇ ਨੇ ਪਰ ਕਿਤੇ ਨਾ ਕਿਤੇ ਸਿਆਸੀ ਰੂਪ 'ਚ ਅਜਿਹੇ ਘਟਨਾਕ੍ਰਮ ਸਮਾਜਿਕ ਰੂਪ 'ਚ ਅਤੇ ਪਰਿਵਾਰਕ ਰੂਪ 'ਚ ਸਮਾਜ ਨੂੰ ਕਮਜ਼ੋਰ ਕਰਦੇ ਨੇ।
ब्यूरो रिपोर्ट दैनिक मेल पंजाबी टीवी। बाकी आपने जो किया सही किया या गलत तुसी आपे ला लो अंदाजा।